ਜੀ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਨੌਵੀਂ ਜਮਾਤ ਦਾ ਤੀਜਾ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਕਵਿਤਾ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਾਣਾਂਗੇ ਭਾਈ ਵੀਰ ਸਿੰਘ ਬਾਰੇ ਭਾਈ ਵੀਰ ਸਿੰਘ ਦੀ ਸ਼ਖਸੀਅਤ ਤੇ ਰਚਨਾ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ ਆਪ ਜੀ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਹਨ ਭਾਈ ਸਾਹਿਬ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ ਇਹ ਗੁਰਬਾਣੀ ਤੋਂ ਪ੍ਰਭਾਵਿਤ ਹੈ ਉਹ ਆਪਣੀ ਕਵਿਤਾ ਵਿੱਚ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ ਤੇ ਪਹੁੰਚਣ ਵਾਲੇ ਵਿਚਾਰ ਨੂੰ ਪੇਸ਼ ਕਰਦੇ ਹਨ ਸਿੱਖ ਵਿਚਾਰਤਾ ਰਾਤੇ ਭਾਰਤੀ ਇਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹਨ ਪ੍ਰਕਿਰਤੀ ਨੂੰ ਅਧਿਆਤਮਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵਰਤਿਆ ਗਿਆ ਹੈ ਭਾਈ ਸਾਹਿਬ ਨੇ ਨਨਦ ਪਰਜਾਈ ਰਾਣਾ ਸੂਰਤ ਸਿੰਘ ਮਟਕ ਹੁਲਾਰੇ ਬਿਜਲੀਆਂ ਦੇ ਹਾਰ ਲਹਿਰਾਂ ਦੇ ਹਾਰ ਪ੍ਰੀਤ ਵੀਣਾ ਕੰਮ ਦੀ ਕਲਾਈ ਮੇਰੇ ਸਾਈਆਂ ਜੀਓ ਅਤੇ ਹੋਰ ਕਾ ਪੁਸਤਕਾਂ ਦੀ ਰਚਨਾ ਕੀਤੀ ਤੇ ਅੱਜ ਅਸੀਂ ਜਿਹੜੀ ਉਹਨਾਂ ਦੀ ਕਵਿਤਾ ਕਰਨ ਜਾ ਰਹੇ ਹਾਂ ਉਸ ਕਵਿਤਾ ਦਾ ਨਾਮ ਹੈ ਸਮਾ ਇਸ ਵਿੱਚ ਕਵੀ ਸਮੇਂ ਨੂੰ ਰੁਕਣ ਲਈ ਕਹਿ ਰਿਹਾ ਹੈ ਭਾਵ ਦੱਸ ਰਿਹਾ ਹੈ ਕਿ ਸਮਾ ਜਿਹੜਾ ਹੈ ਉਹ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੂੰ ਰੁਕਣਾ ਨਹੀਂ ਆਉਂਦਾ ਤਾਂ ਕੀ ਕਹਿੰਦਾ ਹੈ ਕਵੀ ਆਓ ਦੇਖਦੇ ਹਾਂ ਰਹੀ ਵਾਸਤੇ ਘੱਤ ਸਮੇ ਨੇ ਇੱਕ ਨ ਮੰਨੀ ਫੜਫੜ ਰਹੀ ਧਰੀਕ ਸਮੇ ਖਿਸਕਾਈ ਕੰਨੀ ਕਿ ਮੇਨ ਸਕੀ ਰੋਕ اٹਕ ਜੋ ਪਾਈ ਪੰਨੀ ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਵਾਸਤੇ ਕੀ ਹੁੰਦਾ ਬੇਟਾ ਮਿੰਤਾ ਕਰਨੀਆਂ ਘੱਤ ਮਤਲਬ ਪਾਉਣਾ ਸਮੇ ਉਹ ਕਹਿੰਦਾ ਕਵੀ ਕਹਿੰਦਾ ਕਿ ਮੈਂ ਸਮੇ ਦੀਆਂ ਮਿੰਤਾ ਕਰਦੀ ਰਹੀ ਤਰਲੇ ਪਾਉਂਦੀ ਰਹੀ ਪਰ ਉਹਨੇ ਮੇਰੀ ਇੱਕ ਵੀ ਗੱਲ ਨਾ ਮੰਨੀ ਫੜ ਫੜ ਰਹੀ ਤਰੀਕ ਤਰੀਕ ਮਤਲਬ ਹੁੰਦਾ ਖਿੱਚਣਾ ਮੈਂ ਸਮੇ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣਾ ਵੀ ਚਾਹਿਆ ਪਰ ਸਮਾ ਸੀ ਜੋ ਆਪਣੀ ਕੰਨੀ ਖਿਸਕਾ ਕੇ ਮੇਰੇ ਕੋਲੋਂ ਲੰਘ ਗਿਆ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਪੰਨੀ ਵੀ ਕਹਿੰਦਾ ਕਿ ਮੈਂ ਉਹਦੇ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਜੋ ਸੀ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਅੱਗੇ ਲੰਘ ਗਿਆ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਤਾਂ ਕਹਿੰਦਾ ਉਹ ਆਪਣੇ ਤਿੱਖੇ ਵੇਗ ਨਾਲ ਤਿੱਖਾ ਚਾਲ ਵੇਗ ਕੀ ਹੁੰਦੀ ਹੈ ਚਾਲ ਤਿੱਖੀ ਚਾਲ ਨਾਲ ਉਹ ਅੱਗੇ ਹੀ ਅੱਗੇ ਵਧਦਾ ਗਿਆ ਤੇ ਸਾਰੀਆਂ ਹੱਦਾਂ ਮੰਨੇ ਟੱਪ ਗਿਆ ਭਾਵ ਮੈਂ ਉਹਨੂੰ ਕਿਸੇ ਵੀ ਤਰੀਕੇ ਨਾਲ ਰੋਕ ਨਾ ਸਕਿਆ ਉਹ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਕਵੀ ਫਿਰ ਮਨੁੱਖ ਨੂੰ ਕਹਿੰਦਾ ਹੈ ਕਿ ਹਲੇ ਵੀ ਤੇਰੇ ਕੋਲੇ ਸਮਾਂ ਹੈ ਇਸ ਨੂੰ ਸਫਲ ਕਰ ਲੈ ਚੰਗੇ ਕੰਮ ਕਰਕੇ ਆਪਣੇ ਸਮੇਂ ਨੂੰ ਸਫਲ ਕਰ ਲੈ ਇਹਨੂੰ ਠਹਿਰਨ ਦੀ ਜਾਂਚ ਨਹੀਂ ਆਉਂਦੀ ਇੱਕ ਵਾਰੀ ਜੇ ਸਮਾਂ ਲੰਘ ਜਾਵੇ ਤਾਂ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਤਾਂ ਭਾਵ ਕੀ ਕਵੀ ਇਸ ਵਿੱਚ ਸਮੇਂ ਦੇ ਨਿਰੰਤਰ ਚੱਲਦੇ ਰਹਿਣ ਵਾਲੇ ਲੱਛਣਾਰੇ ਦੱਸ ਰਹੇ ਨੇ ਕਿ ਜਿਹੜਾ ਸਮਾਂ ਹੈ ਇਹ ਲਗਾਤਾਰ ਚੱਲਦਾ ਰਹਿੰਦਾ ਹੈ ਇਹ ਕਿਸੇ ਦੇ ਲਈ ਵੀ ਰੁਕਦਾ ਨਹੀਂ ਇਹਦੇ ਸਮੇਂ ਦੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਪਾਈਏ ਅਸੀਂ ਜਾਂ ਇਹਨੂੰ ਰੋਕਣਾ ਚਾਹੀਏ ਇਹ ਸਭ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਅੱਗੇ ਲੰਘ ਜਾਂਦਾ ਹੈ ਤੇ ਇੱਕ ਵਾਰੀ ਬੀਤਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਇਸ ਕਰਕੇ ਸਮੇਂ ਦਾ ਸਾਧੋ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸਫਲ ਬਣਾਉਣਾ ਚਾਹੀਦਾ ਹੈ ਚੰਗੇ ਕੰਮ ਕਰਕੇ ਇਸ ਤੋਂ ਅੱਗੇ ਅਭਿਆਸ ਤੇ ਪ੍ਰਸ਼ਨ ਨੇ ਜੀ ਕਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ ਕਵੀ ਕਿਸ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ ਕਵੀ ਸਮੇਂ ਨੂੰ ਰੋਕਣ ਲਈ ਕੀ ਕੀ ਯਤਨ ਕਰਦਾ ਹੈ ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਉਸ ਤੋਂ ਬਾਅਦ ਹੈ ਜੀ ਇਹ ਠਾਂ 17 ਨੇ ਹੋ ਜੇ ਸੰਭਾਲੇ ਸਮੇਂ ਨੂੰ ਕਰ ਸਫਲ ਉਡੰਦਾ ਜਾਉਂਦਾ ਇਹ ਠਹਿਰ ਨਾ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਇਹਦੇ ਉਦਾਹਰਣ ਤੇ ਹੈਗੀਆਂ ਸਾਡੇ ਪ੍ਰਸ਼ਨ ਹੱਥ ਵਿੱਚੋਂ ਕੌਣ ਨਿਕਲ ਰਿਹਾ ਹੈ ਸਮੇ ਨੂੰ ਕਿਸ ਦਾ ਵੱਲ ਨਹੀਂ ਆਉਂਦਾ ਉਪਰੋਕਤ 17 ਵਿੱਚ ਕਵੀ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਡਰ ਹੈ ਇਸ ਤੋਂ ਬਾਅਦ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਲਈ ਚਾਰ ਲਾਈਨਾਂ ਦਿੱਤੀਆਂ ਗਈਆਂ ਨੇ ਰਹੀ ਵਾਸਤੇ ਘੱਟ ਸਮੇ ਨੇ ਇੱਕ ਨੰ ਮੰਨੀ ਫੜਫੜ ਰਹੀ ਤਰੀਕ ਸਮੇ ਖਿਸਕਾਈ ਕੰਨੀ ਇਹਨਾਂ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਪ੍ਰਸੰਗ ਦੇ ਵਿੱਚ ਤੁਸੀਂ ਕਵੀ ਬਾਰੇ ਤੇ ਉਸ ਦੀ ਰਚਨਾ ਬਾਰੇ ਲਿਖਣਾ ਹੈ ਵੀ ਕਵਿਤਾ ਕਿੱਥੋਂ ਲਈ ਗਈ ਹੈ ਕਿਹੜੀ ਕਿਤਾਬ ਚੋਂ ਕਿਹੜੇ ਕਵੀ ਦੀ ਰਚਨਾ ਹੈ ਦੇਸ ਵਿੱਚ ਕਵੀ ਕੀ ਕਹਿੰਦਾ ਹੈ ਤੇ ਵਿਆਖਿਆ ਵਿੱਚ ਉਹਨਾਂ ਲਾਈਨਾਂ ਦੇ ਤੁਸੀਂ ਸਰਲ ਅਰਥ ਕਰ ਦੇਣੇ ਹਨ ਧੰਨਵਾਦ